ਭਾਈ ਤੁਸੀਂ ਕਿੰਨੀਆਂ ਸੀ ਟੈਕਸ ਪੇਟ ਕਰਦੇ ਹੋ? ਦੇਖੋ ਮੇਰਾ ਖਿਆਲ ਆ ਜੀ 65 ਦੇ ਲੱਗੇ ਚਗੇ 60-65 ਦੇ ਲੱਗੇ ਚਗੇ ਸੀਟਾਂ ਆਉਣਗੀਆਂ। ਪਿਛਲੀ ਵਾਰੀ ਤਾਂ 70 ਸੀਗੀਆਂ। 60-65 ਸੀਟਾਂ ਦੇ ਆ ਸਕਦੇ ਹੋ। ਬੀਜੇਪੀ ਵੀ ਐਤਕੀ ਇਲੈਕਸ਼ਨ ਦੇ ਵਿੱਚ ਹੈ, 5 ਪਾਰਟੀਆਂ ਇਲੈਕਸ਼ਨ ਲੜ ਰਹੀਆਂ। ਤੁਸੀਂ ਕਾਂਗਰਸ ਨੂੰ ਨੰਬਰ 1 ਤੇ ਮੰਨਦੇ ਹੋ, ਨੰਬਰ 2 ਤੇ ਕਿਹਨੂੰ ਮੰਨਦੇ ਹੋ, ਔਰ ਨੰਬਰ 3 ਤੇ ਕਿਹਨੂੰ ਮੰਨਦੇ ਹੋ? ਨੰਬਰ 1 ਵਾਲੀ ਮੇਰਾ ਧਿਆਨ ਹੈ ਵੀ ਅਸੀਂ ਨੰਬਰ 1 ਆ, ਨੰਬਰ 2 3 ਮੈਨੂੰ ਤਾਂ ਕੋਈ ਨਜ਼ਰ ਨਹੀਂ ਆਉਂਦਾ ਤੇ ਕਾਂਗਰਸ ਹੀ ਸਭ ਤੋਂ ਅੱਗੇ ਤੇ ਸਭ ਤੋਂ ਅੱਗੇ ਹੀ ਰਹਿਣੀ ਆ। ਬੜੀ ਹਵਾ ਹੈਗੀ ਆ ਆਮ ਆਦਮੀ ਪਾਰਟੀ ਦੀ, ਆ ਕਿਹਾ ਜਾ ਰਿਹਾ ਕਿ ਸਿੰਗਲ ਲਾਰਜੈਸਟ ਆਮ ਆਦਮੀ ਪਾਰਟੀ ਆਏਗੀ। ਕਿਆ ਚੰਨੀ ਸਾਹਿਬ ਦੀ ਘੋਸ਼ਣਾ ਦੇ ਬਾਅਦ ਹਵਾ ਬਦਲ ਗਈ? ਬਿਲਕੁਲ ਬਦਲੀ ਆ ਜੀ, ਬਿਲਕੁਲ ਬਦਲੀ ਆ। ਚੰਨੀ ਜੀ ਨੇ ਜਿਹੜੇ 3-4 ਕੰਮ ਕੀਤੇ ਨੇ, ਭਾਵੇਂ ਸਾਡਾ SC ਭਰਾ ਹੈ ਪਰ ਉਹਨਾਂ ਨੇ ਸਾਰੇ ਵਰਗਾਂ ਲਈ ਕੰਮ ਕੀਤੇ। ਬੀਜੇਪੀ ਨੇ ਇੱਕ ਡਲਟੀ ਗੇਮ ਨੂੰ ਵੀ ਆਪਾਂ ਕਹਾਂਗੇ ਕਿ ਜਿਹੜਾ ਉਹਨਾਂ ਨੇ ਰਾਮ ਰਹੀਮ ਨੂੰ ਫਰਲੋ ਦੇ ਦਿੱਤੀ ਹੈ। ਤੁਹਾਨੂੰ ਕੀ ਲੱਗਦਾ ਬੀਜੇਪੀ ਕੀ ਕਰਨਾ ਚਾਹੁੰਦੀ ਹੈ ਪੰਜਾਬ ਦੇ? ਬੀਜੇਪੀ ਨੂੰ ਆਪ ਹੀ ਨਹੀਂ ਸਮਝ ਲੱਗਣ ਦੀ ਕਿ ਪੰਜਾਬ 'ਚ ਕੀ ਕਰਨਾ। ਮੇਰੇ ਖਿਆਲ ਬੀਜੇਪੀ ਪੰਜਾਬ 'ਚ ਕਨਫਿਊਜ਼ਡ ਆ। ਕੇਜਰੀਵਾਲ ਦੀ ਗੱਲ ਆ ਰਹੀ, ਵਾਰ ਵਾਰ ਉਹ ਵਾਅਦੇ ਕਰ ਰਹੇ ਨੇ ਔਰ ਆਪਣੇ ਦਿੱਲੀ ਮਾਡਲ ਦੀ ਗੱਲ ਕਰ ਰਹੇ ਨੇ। ਤੁਹਾਨੂੰ ਦਿੱਲੀ ਮਾਡਲ ਜ਼ਿਆਦਾ ਠੀਕ ਲੱਗਦਾ ਕਿ ਜਿਹੜਾ ਸਿੱਧੂ ਸਾਹਿਬ ਦਾ ਪੰਜਾਬ? ਪੰਜਾਬ ਮਾਡਲ ਮੈਂ ਕੇਜਰੀਵਾਲ ਸਾਹਿਬ ਨੇ ਆਖਿਆ ਮੈਂ 2000 ਰੁਪਇਆ ਲੇਡੀਜ਼ ਨੂੰ ਦਿਆਂਗਾ, ਦਿੱਲੀ 'ਚ ਦਿੱਤਾ ਨਹੀਂ, ਹੁਣ ਪੰਜਾਬ 'ਚ ਕਿੱਥੋਂ ਦੇਣਗੇ? ਦਿੱਲੀ ਤਾਂ ਦੇ ਨਹੀਂ ਸਕੇ। ਗੱਲ ਉਹ ਕਰਨ ਜੋ ਦਿੱਲੀ 'ਚ ਕਰਦੇ ਨੇ ਪਏ ਤਾਂ ਆਖਣ ਮੈਂ ਉੱਥੇ ਕਰਦਾ ਪਿਆ, ਮੈਂ ਇੱਥੇ ਕਰਾਂਗਾ। ਸੋ ਕੇਜਰੀਵਾਲ ਇੱਕ ਇੰਟੈਲੀਜੈਂਟ ਡਰਾਮੇਬਾਜ਼ ਆਦਮੀ ਹੈ, ਸੋ ਪੰਜਾਬ 'ਚ ਉਹਦਾ ਡਰਾਮਾ ਨਹੀਂ ਚੱਲੇਗਾ। ਸੀਐਮ ਸਾਹਿਬ ਨੇ ਗੱਲ ਕਹੀ ਹੈ ਕਿ ਬਾਹਰਲਾ ਬੰਦਾ ਆਇਆ ਔਰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ, 500 ਕਰੋੜ ਰੁਪਇਆ ਉਹਨਾਂ ਨੇ ਚੁਣਾਵ ਕੰਪੇਨ 'ਤੇ ਲਗਾਤਾ, ਤੁਸੀਂ ਸਹਿਮਤ ਹੋ ਸੀਐਮ ਸਾਹਿਬ ਨਾਲ? ਲੱਗਦਾ ਹੈ ਕਿ ਜਿਹੜਾ ਕੈਪਟਨ ਸਾਹਿਬ ਨੇ ਅਲਾਇੰਸ ਕੀਤਾ ਬੀਜੇਪੀ ਦੇ ਨਾਲ, ਕੈਪਟਨ ਸਾਹਿਬ ਦੀ ਪੋਲ ਖੁੱਲ ਗਈ ਹੈ? ਪਹਿਲਾਂ ਵੀ ਕੈਪਟਨ ਸਾਹਿਬ ਮਿਲੇ ਸੀ ਇਹਨਾਂ ਨਾਲ? ਕੈਪਟਨ ਸਾਹਿਬ ਮੈਂ ਦੱਸਿਆ ਸੀ ਇੱਕ ਪਿਛਲੀ ਕੈਬਨਿਟ 'ਚ ਜੋ ਪਿਛਲੀ ਰਾਜਪਾਲ 'ਚ ਕੰਪਰੋਮਾਈਜ਼ ਮੈਨ ਸੀਗਾ, ਉਹਨਾਂ ਦੇ ਹਰ ਕਨਾਲੀ ਗੁੱਡੀ ਗੁੱਡੀ ਸੀਗਾ। ਕਾਫੀ ਦੇਰ ਤੋਂ ਅਸੀਂ ਦੇਖਦੇ ਰਹੇ ਤੁਸੀਂ ਵੀ, ਤੁਸੀਂ ਔਰ ਆਪਣਾ ਸੁੱਖੀ ਰੰਧਾਵਾ ਜੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਹਮੇਸ਼ਾ ਸਪੋਰਟ ਕੀਤਾ, ਔਰ ਕਈ ਇੱਦਾਂ ਦੇ ਮੌਕੇ ਆਏ ਜਦੋਂ ਤੁਸੀਂ ਖੁੱਲ੍ਹ ਕੇ ਇੱਥੇ ਤੱਕ ਕਿ ਜੋ ਸਿੱਧੂ ਨਾਲ ਉਹਨਾਂ ਦੀ ਬਣਦੀ ਨਹੀਂ ਸੀ ਉਦੋਂ ਵੀ ਤੁਸੀਂ ਖੁੱਲ੍ਹ ਕੇ ਬੋਲਦੇ ਸੀ? ਬਿਲਕੁਲ ਬੋਲਦੇ ਸੀ, ਪਰ ਕੈਪਟਨ ਸਾਹਿਬ ਨੂੰ ਪਰਮਾਤਮਾ ਹੀ ਜਾਣਦਾ, ਪਤਾ ਨਹੀਂ ਐਤਕਾਂ ਕੀ ਗੱਲ ਹੋ ਗਈ, ਉਹ ਇੰਟਾਇਰਲੀ ਇੱਕ ਡਿਫਰੈਂਟ ਪਰਸਨੈਲਿਟੀ ਸੀ ਇਸ ਵਾਰੀ, ਸਾਡੀ ਅਨਫੋਰਚੁਨੇਟ ਸਾਡੀ ਬਦਕਿਸਮਤੀ ਸੀ। ਕੈਪਟਨ ਸਾਹਿਬ ਨੇ ਆਪਣੇ ਜਰਨੈਲਾਂ ਦੀ ਕਦਰ ਨਹੀਂ ਕੀਤੀ, ਜਿਹਨਾਂ ਸਿਰ 'ਤੇ ਕੈਪਟਨ ਸਾਹਿਬ ਬਣੇ ਕਿਸੇ ਦੀ ਕਦਰ ਵੀ ਨਹੀਂ ਕੀਤੀ। ਜਦੋਂ ਇਲੈਕਸ਼ਨ ਕੰਪੇਨ ਚਾਲੂ ਹੋਇਆ ਕਾਂਗਰਸ ਦਾ, ਉਦੋਂ ਸਿੱਧੂ ਸਾਹਿਬ ਵੀ ਐਕਟਿਵ ਸੀਗੇ ਬਹੁਤ, ਹੁਣ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਨੂੰ ਐਜ਼ ਏ ਪਾਰਟੀ ਪ੍ਰੈਜੀਡੈਂਟ ਕੰਸਟੀਚੁਐਂਸੀ ਦੇ ਜਾ ਕੇ ਕੰਪੇਨ ਨੂੰ ਲੀਡ ਕਰਨ ਦੀ ਲੋੜ ਹੈ ਕਿਉਂਕਿ ਉਹ ਆਪਣੀ ਕੰਸਟੀਚੁਐਂਸੀ ਦੇ ਵਿੱਚ ਹੀ ਫਸ ਕੇ ਰਹਿ ਗਏ? ਠੀਕ ਗੱਲ ਹੈ, ਉਹਨਾਂ ਦਾ ਫਸ ਕੇ ਰਹਿ ਗਏ ਨੇ, ਪਰ ਫਿਰ ਵੀ ਮੈਨੂੰ ਯਕੀਨ ਹੈ ਵੀ ਸਿੱਧੂ ਸਾਹਿਬ ਬੜੇ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਆਉਣਗੇ। ਬੇਸਿਕਲੀ ਆ ਬਾਰਡਰ ਤੁਹਾਡਾ ਏਰੀਆ, ਜਿਹੜਾ ਬਾਰਡਰ ਦਾ ਏਰੀਆ ਹੈ ਪਾਕਿਸਤਾਨ ਥੋੜ੍ਹੀ ਦੂਰੀ 'ਤੇ ਹੀ ਹੈ, ਔਰ ਡਰੱਗਸ ਔਰ ਟੈਰਰਿਜ਼ਮ ਮੇਨ ਇਸ਼ੂ ਰਿਹਾ ਪੰਜਾਬ ਦਾ, ਤੁਹਾਨੂੰ ਕੀ ਲੱਗਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ ਇਸ ਵੱਲ ਕਿ ਅਨਇੰਪਲੋਇਮੈਂਟ ਇਸ਼ੂ ਹੈ? ਨਹੀਂ ਜੀ, ਨੈਸ਼ਨਲ ਸਿਕਿਉਰਿਟੀ ਇੰਨਾ ਇਸ਼ੂ ਨਹੀਂ ਹੈਗਾ ਜਿਨ੍ਹਾਂ ਨੂੰ ਐਕਸਪਲੋਇਟ ਕੀਤਾ ਜਾਂਦਾ। ਤਾਂ ਕਾਂਗਰਸ ਸਰਕਾਰ ਬਣਦੀ ਹੈ ਤਾਂ ਪੰਜਾਬ ਮਾਡਲ ਲਾਗੂ ਕਰੂੰਗੇ ਕਿ ਚੰਨੀ ਸਾਹਿਬ ਆਪਣਾ ਮਾਡਲ ਹੋਏਗਾ? ਜੀ, ਪੰਜਾਬ ਮਾਡਲ ਹੋਏਗਾ, ਕਾਂਗਰਸ ਮਾਡਲ ਹੋਊਗਾ, ਚੰਨੀ ਜੀ ਦੇ ਕਾਂਗਰਸ ਹੈਗੇ ਨੇ, ਜਿਹੜੀ ਚੰਨੀ ਜੀ ਕੋਈ ਚੰਗੀ ਗੱਲ ਆਖਣਗੇ ਤਾਂ ਉਹ ਵੀ ਹੋਊਗਾ। ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਉਤਾਰ ਦਿੱਤਾ ਜਾਂਦਾ, ਯਾਨੀ 4.5 ਸਾਲ ਤੋਂ ਝੇਲਿਆ ਉਹਨਾਂ ਨੂੰ, ਅਗਰ ਪਹਿਲਾਂ ਉਤਾਰ ਦਿੱਤਾ ਜਾਂਦਾ ਤਾਂ ਕੀ ਕਾਂਗਰਸ 80 ਤੋਂ ਟੱਪ ਸਕਦੀ ਸੀ? ਬਿਲਕੁਲ ਸਭ ਕੁਛ ਹੋ ਸਕਦਾ ਸੀ, ਇਹੋ ਸਾਲ ਪਹਿਲਾਂ ਕਦਮ ਚੁੱਕਿਆ ਹੁੰਦਾ ਅਤੇ ਬਹੁਤ ਵਧੀਆ ਫੈਸਲਾ ਹੋਣਾ ਸੀ, ਪਰ ਚਲੋ ਜੋ ਪਰਮਾਤਮਾ ਕਰਦਾ ਉਹ ਠੀਕ ਕਰਦਾ। ਸਰਕਾਰ ਰਿਪੀਟ ਹੋਏਗੀ ਔਰ ਤੁਸੀਂ ਜਦੋਂ ਦੁਬਾਰਾ ਤੋਂ ਮੰਤਰੀ ਬਣੋਗੇ ਤਾਂ ਤੁਸੀਂ ਉਦੋਂ ਆਉਂਦੇ ਹੀ ਪਹਿਲਾਂ ਕੰਮ ਕੀ ਕਰੋਗੇ? ਮੰਤਰੀ ਬਣਾਂਗਾ ਨਹੀਂ ਬਣਾਂਗਾ ਇਹ ਤਾਂ ਹਾਈਕਮਾਂਡ ਨੂੰ ਪਤਾ ਵਾ, ਮੈਂ ਬਣਦਾ ਕਿ ਨਹੀਂ ਬਣਦਾ, ਪਰ ਜੋ ਹਾਈਕਮਾਂਡ ਡਿਊਟੀ ਲਾਵੇਗੀ ਉਹਦੇ ਮੁਤਾਬਕ ਫਿਰ ਕੰਮ ਹੀ ਕਰਾਂਗੇ। ਅੱਜ ਅਸੀਂ ਆਏ ਹਾਂ ਫਤਿਹਗੜ੍ਹ ਚੂੜੀਆਂ ਤੋਂ, ਇਲੈਕਸ਼ਨ ਲੜ ਰਹੇ ਪੰਜਾਬ ਦੇ ਵੱਡੇ ਮਿਨਿਸਟਰ, ਹੈਵੀ ਵੇਟ ਮਿਨਿਸਟਰ, ਔਰ ਜਿਨ੍ਹਾਂ ਨੂੰ ਮਾਝਾ ਬ੍ਰਿਗੇਡ ਦਾ ਜਰਨੈਲ ਕਿਹਾ ਜਾਂਦਾ ਹੈ। ਨਹੀਂ ਜੀ, ਇਹ ਗੱਲ ਗਲਤ ਹੈ, ਕੋਈ ਮਾਝੇ ਬ੍ਰਿਗੇਡ ਦਾ ਜਰਨੈਲ ਨਹੀਂ ਜੀ, ਨਾ ਕੋਈ ਇਹੋ ਜਿਹੀ ਚੀਜ਼ ਹੈਗੀ। ਮਾਝਾ ਬ੍ਰਿਗੇਡ ਇੱਕ ਆਰਡਨਰੀ ਵਰਕਰ ਹਾਂ ਜੀ, ਮੈਂ ਕਾਂਗਰਸ ਦਾ
काफी लोग पिंडां दे चाहे नहीं और काफी लोगों का एक साफ कहना है कि तुसी काफी लोगों के काम इत्थे लोगों ने कराए और कई पिंड दे पिंड इदां दे आ जिन्हां दी तुसी नुहार बदली है जी। पिंडां दी नुहार बदली है जी, बदलने की कोशिश की है, बहुत कुछ होया वा, डेवलपमेंट बहुत कुछ हुई है, बहुत कुछ होने वाला भी रहिंदा वा, तो किते ना किते कुछ कमियां भी रह जांदियां ने जी। एक डेवलपमेंट एक ऐसी चीज़ है जिहड़ी सदा ही चलती रहिंदी है। भाई साहब इत्थे आ क्योंकि इस वेले तुहानू सब तो वड्डा चैलेंज किहदे को नज़र आ रहा है? नहीं, चैलेंज किसी को नज़र नहीं आ रहा, चैलेंज मैं तो किसी नूं चैलेंज समझदा नहीं, मैं तो अपने जिहड़ी वोटां मंगण लई प्रोसैस दे विच ही लगा वा, लोगों को मिलता गलता, लोगों के गुस्से गिले गजारियां भी सुनने, कितने सरपंचों गलतियां हो जाए ने, कितने शायद मेथों गलती हुई हो, सो वो गल करते फिर चैलेंज वाली गल मेरे मन च कोई नहीं हैगी, मैं नहीं किसी चैलेंज समझता, लोगों का प्यार मेरे नाल है, मैं आस है भी लोग मेरे से फिर मेरे भरोसा रखेंगे। चनी की अनाउंसमेंट ने लोगों ने बहुत पसंद किया, चनी के चंगे कामों को लोग एप्रीशिएट करते हैं, ਉਹਦਾ ਸਭ ਨੂੰ ਫਾਇਦਾ ਹੋਇਆ। ਅੱਛਾ ਇੱਕ ਮੈਨੂੰ ਗੱਲ ਦੱਸੋ, ਤੁਸੀਂ ਬੜੀ ਹਵਾ ਹੈਗੀ ਆ ਆਮ ਆਦਮੀ ਪਾਰਟੀ ਦੀ, ਆਹ ਕਿਹਾ ਜਾ ਰਿਹਾ ਕਿ ਸਿੰਗਲ ਰਾਜ ਵਿੱਚ ਆਮ ਆਦਮੀ ਪਾਰਟੀ ਆਏਗੀ, ਕਿਆ ਚੰਨੀ ਸਾਹਿਬ ਦੀ ਘੋਸ਼ਣਾ ਦੇ ਬਾਅਦ ਹਵਾ ਬਦਲ ਗਈ? ਬਿਲਕੁਲ ਬਦਲੀ ਆ ਜੀ, ਬਿਲਕੁਲ ਬਦਲੀ ਆ। ਚੰਨੀ ਜੀ ਨੇ ਜਿਹੜੇ ਤਿੰਨ ਚਾਰ ਕੰਮ ਕੀਤੇ ਨੇ, ਭਾਵੇਂ ਸਾਡਾ ਐਸ ਸੀ ਭਰਾ ਵਾ, ਪਰ ਉਹਨਾਂ ਨੇ ਸਾਰੇ ਵਰਗਾਂ ਲਈ ਕੰਮ ਕੀਤੇ, ਜਿਹਨੇ ਬਿੱਲ ਮਾਫ਼ ਕੀਤੇ ਸਾਰੇ ਵਰਗਾਂ ਨੂੰ ਫਾਇਦਾ ਹੋਇਆ, ਜੇ ਬਿੱਲਾਂ ਬਿਜਲੀ ਦਾ ਰੇਟ ਘਟਾਇਆ ਸਾਰੇ ਵਰਗਾਂ ਨੂੰ ਫਾਇਦਾ ਹੋਇਆ, ਸੋ ਲੋਕ ਚਨੀ ਦੇ ਨੂੰ ਪਸੰਦ ਕਰਦੇ ਨੇ, ਸਾਰੇ ਵਰਗ ਪਸੰਦ ਕਰ ਰਹੇ ਨੇ। ਅੱਛਾ ਇੱਕ ਮੈਨੂੰ ਗੱਲ ਹੋਰ ਦੱਸੋ ਕਿ ਅਗਰ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਉਤਾਰ ਦਿੱਤਾ ਜਾਂਦਾ, ਯਾਨੀ 4.5 ਸਾਲ ਤੋਂ ਝੇਲਿਆ ਉਹਨਾਂ ਨੂੰ, ਅਗਰ ਪਹਿਲਾਂ ਉਤਾਰ ਦਿੱਤਾ ਜਾਂਦਾ ਤਾਂ ਕੀ ਕਾਂਗਰਸ 80 ਦੌਰ ਟੱਪ ਸਕਦੀ ਸੀ? ਬਿਲਕੁਲ ਸਭ ਕੁਛ ਹੋ ਸਕਦਾ ਸੀ, ਦੇਖੋ ਸਾਲ ਪਹਿਲਾਂ ਕਦਮ ਚੁੱਕਿਆ ਹੁੰਦਾ ਅਤੇ ਬਹੁਤ ਵਧੀਆ ਫੈਸਲਾ ਹੋਣਾ ਸੀ, ਪਰ ਚਲੋ ਜੋ ਪਰਮਾਤਮਾ ਕਰਦਾ ਉਹ ਠੀਕ ਕਰਦਾ। ਤੁਸੀਂ ਉਹਨਾਂ ਦਾ ਸਭ ਤੋਂ ਵੱਡਾ ਫੇਲੀਅਰ ਕੀ ਸੀ ਉਹਨਾਂ ਦੀ ਸਰਕਾਰ ਦਾ? ਦੇਖੋ ਜੀ, ਕੈਪਟਨ ਸਾਹਿਬ 2-7 ਵਾਲੇ ਕੈਪਟਨ ਸਾਹਿਬ ਨਹੀਂ ਸਰ, ਕੈਪਟਨ ਸਾਹਿਬ ਨੂੰ ਲੋਕ ਚਾਹੁੰਦੇ ਸੀ ਵੀ 2-7 ਵਾਲਾ ਕੈਪਟਨ ਸਾਹਿਬ ਲੱਭੇ, ਪਰ ਕੈਪਟਨ ਸਾਹਿਬ ਐਸ ਕਾ ਇੰਟਾਇਰਲੀ ਇੱਕ ਡਿਫਰੈਂਟ ਪਰਸਨੈਲਿਟੀ ਸੀ ਅਤੇ ਉਹ ਬਿਲਕੁਲ ਈਜ਼ੀ ਮੂਡ 'ਚ ਹੀ ਰਹੇ, ਇੱਕ ਆਲਮੋਸਟ ਹਰ ਨਾਲ ਕੰਪਰੋਮਾਈਜ਼ ਕਰਕੇ ਹੀ ਉਹਨਾਂ ਆਪਣਾ ਰਾਜਪਾਲ ਚਲਾਉਣ ਦੀ ਕੋਸ਼ਿਸ਼ ਕੀਤੀ ਆ, ਸੋ ਜਿਹੜਾ ਨੁਕਸਾਨਦੇਹ ਹੋਇਆ ਵਾ। ਤੁਸੀਂ ਸਰਕਾਰ ਰਿਪੀਟ ਹੋਏਗੀ ਔਰ ਤੁਸੀਂ ਜਦੋਂ ਦੁਬਾਰਾ ਤੋਂ ਮੰਤਰੀ ਬਣੋਗੇ ਤਾਂ ਤੁਸੀਂ ਉਦੋਂ ਆਉਂਦੇ ਹੀ ਪਹਿਲਾ ਕੰਮ ਕੀ ਕਰੋਗੇ? ਦੇਖੋ ਮੰਤਰੀ ਬਣਾਂਗਾ ਨਹੀਂ ਬਣਾਂਗਾ ਇਹ ਤਾਂ ਹਾਈਕਮਾਂਡ ਨੂੰ ਪਤਾ ਵਾ, ਮੈਂ ਬਣਦਾ ਕਿ ਨਹੀਂ ਬਣਨਾ, ਪਰ ਜੋ ਹਾਈਕਮਾਂਡ ਡਿਊਟੀ ਲਾਵੇਗੀ ਉਹਦੇ ਮੁਤਾਬਕ ਫਿਰ ਕੰਮ ਹੀ ਕਰਾਂਗੇ ਜੀ। ਬਾਜੀ ਸਾਹਿਬ ਬੜਾ ਮਾਹੌਲ ਹੈਗਾ ਕਿ ED ਦੀ ਰੇਡ ਜਿਹੜੀ ਹੈ ਉਹ ਚੰਨੀ ਸਾਹਿਬ ਦੇ ਪਤੀ ਉਹਦੇ ਉੱਪਰ ਨੈਫਿਊ 'ਤੇ ਹੋਈ ਔਰ ਉਸ ਬਾਅਦ ED ਕਿਸੇ ਥਾਂ ਵੀ ਰੇਡ ਕਰ ਸਕਦੀ ਹੈ, ED ਨੂੰ ਹੱਕ ਹੈ, ਪਰ ਅਨਫੋਰਚੁਨੇਟ ਹੈ ED ਉੱਥੇ ਹੀ ਅਪਰੇਟ ਕਰਦੀ ਹੈ ਜਿੱਥੇ ਨਾਨ BJP ਸਟੇਟਸ ਹੁੰਦੀਆਂ ਨੇ। ਇਹ ਦੇਖੀਏ ਇਲੈਕਸ਼ਨਾਂ 'ਚ ED ਸਟਾਲਿਨ ਦੀ ਭੈਣ ਨੂੰ ਫੜ ਸਕਦੀ ਹੈ ਮਦਰਾਸ 'ਚ, ED ਬੰਗਾਲ 'ਚ ਮਮਤਾ ਜੀ ਦੇ ਭਰਾ ਨੂੰ ਉਹਦੇ ਭਤੀਜਿਆਂ ਨੂੰ ਹਰਾਸ ਕਰ ਸਕਦੀ ਆ। ਕ੍ਰੀਏਟਿਵ ਕਿਉਂ ਇੰਨੀ ਐਕਟਿਵ ਕਿਉਂ ਹੁੰਦੀ ਆ, ਇਹ ਇੱਕ ਪੋਲੀਟੀਕਲ ਗੇਮ ਹੈ। ਬਾਈ ਸਾਹਿਬ ਤੁਸੀਂ ਆਪਣੇ ਏਰੀਆ ਦੇ ਵਿੱਚ ਕੋਈ ਪਿਛਲੇ ਤਕਰੀਬਨ ਕਈ ਸਾਲਾਂ ਤੋਂ ਤੁਸੀਂ ਜਿੱਦੇ ਆ ਰਹੇ ਹੋ, ਪਿਛਲੀ ਵਾਰੀ ਮਾਰਜਨ ਤੁਹਾਡਾ 2000 ਸੀਗਾ, ਐਤਕੀ ਕਿੰਨਾ ਕੁ ਮਾਰਜਨ ਲੈ ਕੇ? ਦੇਖੋ ਜੀ, ਪਰਮਾਤਮਾ ਜਾਣਦਾ ਵਾ ਕਿੰਨਾ ਮਾਰਜਨ ਆ, ਮੈਂ ਤਾਂ ਸਿੰਸੀਅਰਲੀ ਕੰਮ ਕੀਤਾ ਵਾ, ਇਹਦਾ ਫੈਸਲਾ ਲੋਕ ਕਰਨਗੇ ਮੈਂ ਚੰਗਾ ਕੀਤਾ ਕਿ ਮਾੜਾ ਕੀਤਾ, ਮਾਰਜਨ ਦਾ ਮੇਰੇ ਵੱਲ ਇੰਨਾ ਕੋਈ ਧਿਆਨ ਨਹੀਂ ਜੀ, ਜਿੱਤ ਚਾਹੀਦੀ ਹੈ। ਕੁਛ ਦੱਸੋ ਕਿ ਜਿਹੜੇ ਮੇਨ ਤੁਸੀਂ ਡਿਵੈਲਪਮੈਂਟ ਦੇ ਕੰਮ, ਕਿਉਂਕਿ ਮੈਂ ਦੇਖ ਰਿਹਾ ਖੁਦ, ਮੈਂ ਲੋਕਾਂ ਨਾਲ ਗੱਲ ਕੀਤੀ ਤਾਂ ਮੈਨੂੰ ਪਤਾ ਲੱਗਿਆ, ਹਾਲਾਂਕਿ ਫਤਿਹਗੜ੍ਹ ਚੁਣੀਆਂ ਮੈਂ ਕਾਫੀ ਦੇਰ ਬਾਅਦ ਆਇਆ, ਕਿ ਲੋਕਾਂ ਨੇ ਬੜਾ ਪੋਜ਼ਿਟਿਵ ਦੱਸਿਆ ਕਿ ਸੜਕਾਂ ਔਰ ਰੋਡਸ ਦੀ ਗੱਲ ਬੜੀ ਆਈ, ਲੇਕਿਨ ਤੁਸੀਂ ਆਪਣੇ ਥੋੜ੍ਹਾ ਸਾਨੂੰ ਦੱਸੋ ਕਿ ਆਪਣੇ ਏਰੀਆ ਦੇ ਵਿੱਚ? ਆਪਣੇ ਏਰੀਆ 'ਚ ਤਕਰੀਬਨ 200 ਕਿਲੋਮੀਟਰ ਦੇ ਲਾ ਕੇ ਜਾ ਕੇ ਸੜਕ ਬਣਾਤੀ ਹੈ ਜੀ, ਅਤੇ ਮੇਰੇ ਮਰੜ ਪਿੰਡ ਦੇ ਵਿੱਚ 1.5 ਕਰੋੜ ਦਾ ਐਸਟ੍ਰੋਟਰਫ ਬਣ ਰਿਹਾ ਜੀ ਹਾਕੀ ਵਾਸਤੇ। ਮਰੜ ਪਿੰਡ ਇੱਕ ਸਾਡੀ ਇੱਧਰਲੇ ਇਲਾਕੇ 'ਚ ਹਾਕੀ ਦੀ ਨਰਸਰੀ ਗਿਣੀ ਗਈ ਹੈ ਜੀ, ਸਾਡੇ ਬ੍ਰਿਗੇਡੀਅਰ ਸਰ ਹਰਚਰਨ ਸਿੰਘ ਉੱਥੋਂ ਇੰਡੀਆ ਦੀ ਟੀਮ 'ਚ ਗਏ ਸੀ ਅਤੇ ਉਹ ਪਦਮ ਸ਼੍ਰੀ ਜਾਂ ਉਦੋਂ ਉੱਤੇ ਵੀ ਉਹਨਾਂ ਨੂੰ ਇਹੋ ਜਿਹੇ ਅਵਾਰਡ ਮਿਲੇ ਨੇ। ਉੱਥੇ 5 ਕਰੋੜ ਦਾ ਐਸਟ੍ਰੋਟਰਫ ਆ ਗਿਆ, 366 KV ਦੇ ਮੈਂ ਬਿਜਲੀ ਘਰ ਬਣਾਏ ਨੇ, ਫਤਿਹਗੜ੍ਹ ਚੂੜੀਆਂ ਨੂੰ ਮੈਂ ਸਬ ਡਿਵੀਜ਼ਨ ਬਣਵਾਇਆ ਵਾ, ਫਤਿਹਗੜ੍ਹ ਚੂੜੀਆਂ ਗਰਾਊਂਡ ਉੱਥੇ ਡੰਪ ਸੀ, ਰੂੜੀ ਦਾ ਡੰਪ ਸੀ ਉਹ ਹਟਾ ਕੇ ਮੈਂ ਉੱਥੇ ਕ੍ਰਿਕਟ ਸਟੇਡੀਅਮ ਬਣਾ ਰਿਹਾ ਵਾਂ। ਬਾਕੀ ਸਾਰੇ ਪਿੰਡਾਂ 'ਚ ਸਟੇਡੀਅਮ ਬਣਾਏ ਨੇ,
पुल बनाए ने, बहुत कुछ किया वै जिन्ना हो सकता सी वध किया, पर मैं नहीं कहता भी सब कुछ ठीक हो गया, बड़ा कुछ करने वाला भी है। अच्छा भाजपा साहब गल दसो कि बीजेपी भी ऐतकी इलेक्शन दे विच है, पांच पार्टियां इलेक्शन लड़ रही हैं, तुसीं कांग्रेस नूं नंबर वन ते मानदे हो, नंबर दो ते किहनूं मानदे हो, नंबर तीन ते किहनूं मानदे हो? नंबर वन वाली मेरा ध्यान है भी असीं नंबर वन आ, नंबर दो तीन मैनूं तो कोई नज़र नहीं आता, तो कांग्रेस ही सब तो अगे, तो सब तो अगे ही रहनी है। अच्छा जिहड़ा केजरीवाल दी गल आ रही, बार बार वादे कर रहे ने और अपने दिल्ली मॉडल की गल कर रहे हैं, ਤੁਹਾਨੂੰ ਦਿੱਲੀ ਮਾਡਲ ਜ਼ਿਆਦਾ ਠੀਕ ਲੱਗਦਾ ਕਿ ਜਿਹੜਾ ਸਿੱਧੂ ਸਾਹਿਬ ਦਾ ਪੰਜਾਬ ਮਾਡਲ? ਪੰਜਾਬ ਮਾਡਲ ਮੈਂ ਕਿਹਾ, ਕੇਜਰੀਵਾਲ ਸਾਹਿਬ ਨੇ ਆਖਿਆ ਮੈਂ 2000 ਰੁਪਇਆ ਲੇਡੀਜ਼ ਨੂੰ ਦਿਆਂਗਾ, ਦਿੱਲੀ 'ਚ ਦਿੱਤਾ ਨਹੀਂ, ਹੁਣ ਪੰਜਾਬ 'ਚ ਕਿੱਥੇ ਦੇਣਗੇ? ਦਿੱਲੀ 'ਤੇ ਦੇ ਨਹੀਂ ਸਕੇ, ਗੱਲ ਉਹ ਕਰਨ ਜੋ ਦਿੱਲੀ 'ਚ ਕਰਦੇ ਨੇ ਪਏ, ਅਤੇ ਆਖਣ ਮੈਂ ਉੱਥੇ ਕਰਦਾ ਪਿਆ, ਮੈਂ ਇੱਥੇ ਕਰਾਂਗਾ। ਸੋ ਕੇਜਰੀਵਾਲ ਇੱਕ ਇੰਟੈਲੀਜੈਂਟ ਡਰਾਮੇਬਾਜ਼ ਆਦਮੀ ਹੈ, ਸੋ ਪੰਜਾਬ 'ਚ ਉਹਦਾ ਡਰਾਮਾ ਨਹੀਂ ਚੱਲੇਗਾ। ਸੀਐਮ ਸਾਹਿਬ ਨੇ ਗੱਲ ਕਹੀ ਹੈ ਕਿ ਬਾਹਰਲਾ ਬੰਦਾ ਆਇਆ ਔਰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ, 500 ਕਰੋੜ ਰੁਪਇਆ ਉਹਨਾਂ ਨੇ ਚੁਣਾਵ ਕੰਪੇਨ 'ਤੇ ਲਗਾਤਾ, ਤੁਸੀਂ ਸਹਿਮਤ ਹੋ ਸੀਐਮ ਸਾਹਿਬ ਨਾਲ ਕਿ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਪੈਸਾ ਬਾਹਰੋਂ ਲਗਾਇਆ? ਉਹਨਾਂ ਨੇ ਬਿਲਕੁਲ ਬਾਹਰੋਂ ਆ ਰਿਹਾ ਜੀ, ਸੀਐਮ ਸਾਹਿਬ ਨੂੰ ਇਨਫੋਰਮੇਸ਼ਨ ਹੋਵੇਗੀ, ਜੋ ਸੀਐਮ ਸਾਹਿਬ ਕਹਿ ਰਹੇ ਨੇ ਉਹ 'ਤੇ ਕੋਈ ਲਾਜਿਕ ਹੋਏਗਾ ਤਾਂ ਹੀ ਕਹਿ ਰਹੇ ਨੇ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਕੈਪਟਨ ਸਾਹਿਬ ਨੇ ਅਲਾਇੰਸ ਕੀਤਾ ਬੀਜੇਪੀ ਦੇ ਨਾਲ, ਕੈਪਟਨ ਸਾਹਿਬ ਦੀ ਪੋਲ ਖੁੱਲ ਗਈ ਹੈ? ਪਹਿਲਾਂ ਵੀ ਕੈਪਟਨ ਸਾਹਿਬ ਮਿਲੇ ਸੀ ਉਹਨਾਂ ਨਾਲ? ਕੈਪਟਨ ਸਾਹਿਬ ਮੈਂ ਦੱਸਿਆ ਸੀ ਇੱਕ ਪਿਛਲੀ ਕੈਬਨਿਟ 'ਚ ਜਿਵੇਂ ਸ਼੍ਰੀ ਰਾਜਪਾਕ ਜੀ ਕੰਪਰੋਮਾਈਜ਼ ਮੈਨ ਸੀਗੇ, ਉਹਨਾਂ ਦੇ ਹਰ ਇੱਕ ਨਾਲ ਹੀ ਗੁੱਡੀ ਗੁੱਡੀ ਸੀਗਾ। ਲੇਕਿਨ ਬਾਜਵਾ ਸਾਹਿਬ ਤੁਹਾਡੇ ਤਾਂ ਜੋ ਅਸੀਂ ਕਾਫੀ ਦੇਰ ਤੋਂ ਅਸੀਂ ਦੇਖਦੇ ਰਹੇ, ਤੁਸੀਂ ਵੀ ਤੁਸੀਂ ਔਰ ਆਪਣਾ ਸੁੱਖੀ ਰੰਧਾਵਾ ਜੀ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਹਮੇਸ਼ਾ ਸਪੋਰਟ ਕੀਤਾ, ਔਰ ਕਈ ਇੱਦਾਂ ਦੇ ਮੌਕੇ ਆਏ ਜਦੋਂ ਤੁਸੀਂ ਖੁੱਲ੍ਹ ਕੇ, ਇੱਥੇ ਤੱਕ ਕਿ ਜੋ ਸਿੱਧੂ ਨਾਲ ਉਹਨਾਂ ਦੀ ਬਣਦੀ ਨਹੀਂ ਸੀ ਉਦੋਂ ਵੀ ਤੁਸੀਂ ਖੁੱਲ੍ਹ ਕੇ ਬੋਲਦੇ ਸੀ? ਬਿਲਕੁਲ ਬੋਲਦੇ ਸੀ, ਪਰ ਕੈਪਟਨ ਸਾਹਿਬ ਨੂੰ ਪਰਮਾਤਮਾ ਹੀ ਜਾਣਦਾ, ਪਤਾ ਨਹੀਂ ਅੱਜ ਕੀ ਗੱਲ ਹੋ ਗਈ, ਉਹ ਇੰਟਾਇਰੀ ਇੱਕ ਡਿਫਰੈਂਟ ਪਰਸਨੈਲਿਟੀ ਸੀ ਇਸ ਵਾਰੀ, ਸਾਡੀ ਅਨਫੋਰਚੁਨੇਟ ਸਾਡੀ ਬਦਕਿਸਮਤੀ ਸੀ। ਯਾਨੀ ਕੈਪਟਨ ਸਾਹਿਬ ਨੇ ਆਪਣੇ ਜਰਨੈਲਾਂ ਦੀ ਕਦਰ ਨਹੀਂ ਕੀਤੀ, ਜਿਹਨਾਂ ਸਿਰ 'ਤੇ ਕੈਪਟਨ ਸਾਹਿਬ ਬਣੇ ਆਪਣੇ ਕਿਸੇ ਦੀ ਕਦਰ ਵੀ ਨਹੀਂ ਕੀਤੀ, ਉਹਨਾਂ ਨੂੰ ਬਸ ਆਲੇ ਦੁਆਲੇ ਇੱਕ ਸ਼ਾਮ ਦਾ ਸਰਕਲ ਚਾਹੀਦਾ ਹੁੰਦਾ ਸੀ, ਕੈਪਟਨ ਸਾਹਿਬ ਨੇ ਕਿਸੇ ਦੀ ਵੀ ਕਦਰ ਨਹੀਂ ਕੀਤੀ। ਅਸੀਂ ਦੇਖਿਆ ਕਿ ਤੁਸੀਂ ਹਮੇਸ਼ਾ ਬੜਾ ਵੋਕਲੀ ਉਹਨਾਂ ਦੇ ਨਾਲ ਰਹੇ, ਬੜਾ ਵੋਕਲੀ ਉਹਦੇ ਨਾਲ ਰਹੇ ਹਾਂ, ਪਰ ਨਹੀਂ ਕੈਪਟਨ ਸਾਹਿਬ ਪਤਾ ਨਹੀਂ ਕੀ ਸੋਚ ਸੀ ਐਤਕਾਂ ਕੀ ਗੱਲ ਉਹਨਾਂ ਨੂੰ ਹੋਈ। ਤੁਹਾਨੂੰ ਲੱਗਦਾ ਕਿ ਜਿਹੜੀ ਬਿਊਰੋਕ੍ਰੇਸੀ ਉਹਨਾਂ ਨਾਲ ਸੀ ਉਹਨਾਂ ਨੇ ਮਿਸਗਾਈਡ ਕੀਤਾ ਉਹਨਾਂ ਨੂੰ? ਨਹੀਂ, ਮਿਸਗਾਈਡ ਉਹਨਾਂ ਨੂੰ ਕਿਹਨੇ ਕਰ ਸਕਣਾ, ਮਿਸਗਾਈਡ ਉਹਨਾਂ ਨੂੰ ਕੋਈ ਨਹੀਂ ਕਰ ਸਕਦਾ, ਉਹ ਆਪ ਹੀ ਆਪਣੀ ਮਰਜ਼ੀ ਦੇ ਮਾਲਕ ਸਨ, ਕਿਸੇ ਅਫਸਰ ਦਾ ਕੋਈ ਐਸਾ ਕਸੂਰ ਨਹੀਂ। ਬਾਕੀ ਰਾਜਿਆਂ ਮਹਾਰਾਜਿਆਂ ਕੋਈ ਚੁਗਲੀਆਂ ਵਾਲੇ ਤਾਂ ਬੜੇ ਪਸੰਦ ਹੁੰਦੇ ਨੇ, ਇਹ 'ਚ ਕੋਈ ਸ਼ੱਕ ਨਹੀਂ। ਇੱਕ ਚੀਜ਼ ਹੋ ਰਿਹਾ ਕਿ ਜਿਹੜਾ ਜਦੋਂ ਇਲੈਕਸ਼ਨ ਕੰਪੇਨ ਚਾਲੂ ਹੋਇਆ ਕਾਂਗਰਸ ਦਾ, ਉਦੋਂ ਸਿੱਧੂ ਸਾਹਿਬ ਵੀ ਐਕਟਿਵ ਸੀਗੇ ਬਹੁਤ, ਹੁਣ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਨੂੰ ਐਜ਼ ਏ ਪਾਰਟੀ ਪ੍ਰੈਜ਼ੀਡੈਂਟ ਕੰਸਟੀਚੁਐਂਸੀ ਦੇ ਜਾ ਕੇ ਕੰਪੇਨ ਨੂੰ ਲੀਡ ਕਰਨ ਦੀ ਲੋੜ ਹੈ, ਕਿਉਂਕਿ ਉਹ ਆਪਣੀ ਕੰਸਟੀਚੁਐਂਸੀ ਦੇ ਵਿੱਚ ਹੀ ਫਸ ਕੇ ਰਹਿ ਗਏ ਨੇ? ਠੀਕ ਗੱਲ ਹੈ, ਉਹਨਾਂ ਦਾ ਫਸ ਕੇ ਰਹਿ ਗਏ ਨੇ, ਪਰ ਫਿਰ ਵੀ ਮੈਨੂੰ ਯਕੀਨ ਹੈ ਵੀ ਸਿੱਧੂ ਸਾਹਿਬ ਬੜੇ ਸ਼ਾਨੋ ਸ਼ੌਕਤ ਨਾਲ ਜਿੱਤ ਕੇ ਆਉਣਗੇ। ਸਿੱਧੂ ਸਾਹਿਬ ਜਿੱਤਣ ਦੀ ਗੱਲ ਨਹੀਂ ਕਰ ਰਿਹਾ ਸਰ, ਮੈਂ ਆਹ ਗੱਲ ਕਰ ਰਿਹਾ ਐਜ਼ ਏ ਪਾਰਟੀ ਪ੍ਰੈਜ਼ੀਡੈਂਟ। ਕੱਲ੍ਹ ਸੰਨੀ ਸਾਹਿਬ ਨੇ 4-5 ਕੰਸਟੀਚੁਐਂਸੀਜ਼ ਨੂੰ ਕਵਰ ਕੀਤਾ ਕਿ ਸਿੱਧੂ ਸਾਹਿਬ ਨੂੰ ਨਹੀਂ ਚਾਹੀਦਾ ਕਿ ਉਹ ਹੁਣ ਆਪਣੀ ਕੰਸਟੀਚੁਐਂਸੀ ਤੋਂ ਬਾਹਰ ਨਿਕਲੇ। ਜਿਹੜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਪ੍ਰਸਾਰਟੀ ਪੁੱਛਦੇ ਨੇ ਵੀ ਕਿਹਨੂੰ ਕੰਪੇਨ ਕਰਨ ਲਈ ਭੇਜੀਏ, ਮੈਨੂੰ ਨਹੀਂ ਪਤਾ ਜੀ ਕਿਹਨੇ ਕਿਹਨੂੰ ਮੰਗਿਆ ਵਾ, ਜਿਸ ਕਰਕੇ ਜਿੱਥੇ ਸਿੱਧੂ ਨੂੰ ਮੰਗਿਆ ਹੋਗਾ ਸਿੱਧੂ ਸਾਹਿਬ ਉੱਥੇ ਹੀ ਜਾਣਗੇ। ਸਿੱਧੂ ਸਾਹਿਬ ਆਪਣੀ ਕੰਸਟੀਚੁਐਂਸੀ ਫਸੇ ਨੇ ਬਹੁਤ ਬੁਰੀ ਤਰ੍ਹਾਂ, ਉਹ ਤਾਂ ਹੈਗਾ ਹੀ ਆ ਜੀ, ਪਰ ਮੈਂ ਮੈਨੂੰ ਨਹੀਂ ਪਤਾ ਵੀ ਕੀ ਕੀ ਕਰੀ ਕਿਹਨੂੰ ਕਿਸੇ ਕੰਪੇਨ ਨਹੀਂ ਭੇਜ ਰਹੀ, ਮੈਨੂੰ ਇਹਦੇ ਬਾਰੇ ਕੋਈ ਧਿਆਨ ਨਹੀਂ, ਮੈਂ ਤਾਂ ਆਪਣਾ ਹਲਕੇ 'ਚ ਹੀ ਬਿਜ਼ੀ ਆ ਜੀ। ਉਹ ਬਾਈ ਬਸ ਸਕੂਲ ਬੇਸਿਕਲੀ ਆ ਬਾਰਡਰ, ਤੁਹਾਡਾ ਏਰੀਆ ਜਿਹੜਾ ਬਾਰਡਰ ਦਾ ਏਰੀਆ ਹੈ ਪਾਕਿਸਤਾਨ ਥੋੜ੍ਹੀ ਦੂਰੀ 'ਤੇ ਹੀ ਹੈ, ਔਰ ਡਰੱਗਸ ਔਰ ਟੈਰਰਿਜ਼ਮ ਮੇਨ ਇਸ਼ੂ ਰਿਹਾ ਪੰਜਾਬ ਦਾ, ਤੁਹਾਨੂੰ ਕੀ ਲੱਗਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ ਇਸ ਵੱਲ ਕਿ ਅਨਇੰਪਲੋਇਮੈਂਟ ਇਸ਼ੂ ਹੈ? ਨਹੀਂ ਜੀ, ਨੈਸ਼ਨਲ ਸਿਕਿਉਰਿਟੀ ਇੰਨਾ ਇਸ਼ੂ ਨਹੀਂ ਹੈਗਾ ਜਿੰਨਾ ਨੂੰ ਐਕਸਪਲੋਇਟ ਕੀਤਾ ਜਾਂਦਾ, ਜੇ ਅਸਲੀ ਅਨਇੰਪਲੋਇਮੈਂਟ ਹੀ ਹੈਗਾ ਵਾ, ਸਗੋਂ ਨੈਸ਼ਨਲ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ। ਜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਜੇ ਇੰਡਸਟਰੀ ਨਾ ਆਈ ਤਾਂ ਅਨਇੰਪਲੋਇਮੈਂਟ ਹੋਰ ਵਧੇਗੀ, ਅਨਫੋਰਚੁਨੇਟ ਗੱਲ ਹੋਏਗੀ। ਅਸੀਂ ਚਾਹੁੰਦੇ ਹਾਂ ਵੀ ਜਿਹੋ ਜਿਹੇ ਜੰਮੂ ਕਸ਼ਮੀਰ ਹਿਮਾਚਲ 'ਚ ਉਹਨਾਂ ਨੇ ਛੋੜ ਦਿੱਤੀਆਂ ਨੇ, ਬੈਨੀਫਿਟ ਦਿੱਤੇ ਨੇ, ਇਨਕਮ ਟੈਕਸ ਛੋੜ ਦਿੱਤੀਆਂ ਨੇ, ਉਹ ਜਾਂ ਜੋ ਟੈਕਸ ਛੋੜ ਦਿੱਤੀਆਂ ਨੇ ਉਹੀ ਫੈਸਿਲਿਟੀਜ਼ ਪੰਜਾਬ 'ਚ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਇੱਥੇ ਇੰਡਸਟਰੀ ਆਵੇ ਅਤੇ ਵੱਧ ਤੋਂ ਵੱਧ ਇੰਪਲੋਇਮੈਂਟ ਕ੍ਰੀਏਟ ਹੋਵੇ। ਤੁਹਾਡੀ ਗਿਣਤੀ ਵਿਜ਼ਨਰੀ ਲੀਡਰ ਦੇ ਤੌਰ 'ਤੇ ਵੀ ਹੁੰਦੀ ਹੈ, ਤੁਸੀਂ ਗਰਾਊਂਡ 'ਤੇ ਵੀ ਇੱਕ ਏਰੀਆ ਨੂੰ ਰਿਪ੍ਰੈਜ਼ੈਂਟ ਕਰਦੇ ਹੋ, ਅਗਰ ਨਵੀਂ ਦੁਬਾਰਾ ਤੋਂ ਕਾਂਗਰਸ ਸਰਕਾਰ ਬਣਦੀ ਹੈ ਤਾਂ ਪੰਜਾਬ ਮਾਡਲ ਲਾਗੂ ਕਰੋਗੇ ਕਿ ਚੰਨੀ ਸਾਹਿਬ ਆਪਣਾ ਮਾਡਲ ਹੋਏਗਾ? ਨਹੀਂ, ਪੰਜਾਬ ਮਾਡਲ ਹੋਏਗਾ, ਕਾਂਗਰਸ ਮਾਡਲ ਹੋਊਗਾ, ਚੰਨੀ ਜੀ ਦੇ ਕਾਂਗਰਸ ਦੇ ਹੈਗੇ ਨੇ,
ਜਿਹੜੀ ਚੰਗੀ ਸੀ ਕੋਈ ਚੰਗੀ ਗੱਲ ਆਖਣਗੇ ਤਾਂ ਉਹ ਵੀ ਹੋਊਗਾ, ਜਿਹੜੀ ਕੋਈ ਚੰਗੀ ਗੱਲ ਹੋਏਗੀ ਸਾਰੇ ਬਾਈ ਪਤਾ ਕਿੰਨੀਆਂ ਅਸੀਂ ਟੈਕਸ ਪੇਡ ਕਰਦੇ ਹਾਂ। ਦੇਖੋ ਮੇਰਾ ਖਿਆਲ ਆ ਜੀ 65 ਦੇ ਲਾਗੇ ਚਾਗੇ 60-65 ਦੇ ਲਾਗੇ ਚਾਗੇ ਸੀਟਾਂ ਆਉਣਗੀਆਂ, ਪਿਛਲੀ ਵਾਰੀ ਤਾਂ 70 ਸੀਗੀਆਂ। ਹਾਂਜੀ ਚਲੋ 60-65 ਸੀਟਾਂ ਦੇ ਆ ਸਕਦੇ ਹੋ। ਔਰ ਤੁਹਾਨੂੰ ਲੱਗਦਾ ਕਿ ਮਾਝਾ ਜਿਹੜਾ ਪਿਛਲੀ ਵਾਰੀ ਵੀ ਤੁਹਾਡੇ ਔਰ ਸੁੱਖੀ ਰੰਧਾਵਾ ਦੀ ਜਾਣੀ ਜਿਹੜੀ ਸੀਗੀ ਔਰ ਮਾਝੇ ਨੇ ਪੂਰਾ 25-25 ਵਿੱਚੋਂ ਮਾਝਾ ਬਹੁਤ ਅੱਛਾ ਪਰਫੋਰਮ ਕਰ ਗਿਆ, ਸਰਕਾਰ ਬਣਾ ਗਿਆ, ਤਾਂ ਐਤਕੀ ਵੀ ਮਾਝਾ ਜਿਹੜਾ ਹੈਗਾ ਉਹ ਕਾਂਗਰਸ ਲਈ ਖੁਸ਼ਕਿਸਮਤ ਸਾਬਿਤ ਹੋਏਗਾ? ਬਿਲਕੁਲ ਖੁਸ਼ਕਿਸਮਤ ਸਾਬਿਤ ਹੋਏਗਾ ਜੀ, ਬਿਲਕੁਲ। ਕਿੰਨੀਆਂ ਸੀਟਾਂ ਤੁਸੀਂ ਮਾਝੇ ਦੀਆਂ? ਕਿੰਨੀਆਂ ਸੀਟਾਂ ਦਾ ਪਤਾ ਨਹੀਂ, ਪਰ ਸਾਰੇ ਆਪਣੇ ਹਲਕਿਆਂ 'ਚ ਲੱਗੇ ਹਾਂ ਅਤੇ ਬੜੇ ਉਮੀਦ ਆ ਵੀ ਅਸੀਂ ਮਾਝਾ ਫਿਰ ਪਿਛਲੇ ਵਾਂਗੂ ਰਿਪੀਟ ਕਰੇਗਾ। ਔਰ ਦੁਆਬਾ ਤਾਂ ਸਰਕਾਰ ਬਣਨੀ ਆ ਜੀ, ਦੁਆਬਾ ਮਾਝਾ ਮਾਲਵੇ ਦਾ ਸਮੀ ਨਹੀਂ, ਪਰ ਸਰਕਾਰ ਬਣਨੀ ਆ। ਇੱਕ ਮੈਨੂੰ ਹੋਰ ਦੱਸੋ ਗੱਲ ਕਿ ਬੀਜੇਪੀ ਨੇ ਇੱਕ ਗਲਟੀ ਗੇਮ ਨੂੰ ਵੀ ਆਪਾਂ ਕਹਾਂਗੇ ਕਿ ਜਿਹੜਾ ਉਹਨਾਂ ਨੇ ਰਾਮ ਰਹੀਮ ਨੂੰ ਫਰਲੋ ਦੇ ਦਿੱਤੀ ਹੈ, ਤਾਂ ਤੁਹਾਨੂੰ ਕੀ ਲੱਗਦਾ ਬੀਜੇਪੀ ਕੀ ਕਰਨਾ ਚਾਹੁੰਦੀ ਹੈ ਪੰਜਾਬ ਦੇ ਵਿੱਚ? ਬੀਜੇਪੀ ਨੂੰ ਆਪ ਹੀ ਨਹੀਂ ਸਮੇਂ ਲੱਗਣ ਡੀ ਕਿ ਪੰਜਾਬ 'ਚ ਕੀ ਕਰਨਾ। ਮੇਰਾ ਖਿਆਲ ਬੀਜੇਪੀ ਪੰਜਾਬ 'ਚ ਕਨਫਿਊਜ਼ ਆ, ਸੋ ਕਦੇ ਆਹ ਅੱਧਾ ਕੰਮ ਕਰਤਾ, ਕਦੇ ਅੱਧਾ ਕੰਮ ਕਰਤਾ, ਕੋਈ ਸਮਝ ਨਹੀਂ ਲੱਗਦੀ ਬੀਜੇਪੀ ਦੀਆਂ ਗੇਮਾਂ ਨੇ। ਪਰ ਬੀਜੇਪੀ ਨੂੰ ਇੱਕ ਬਾਰਡਰ ਸਟੇਟ ਨੂੰ ਸਮਝਦੇ ਹਾਂ ਬੜਾ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ। ਯਾਨੀ ਤੁਹਾਨੂੰ ਲੱਗਦਾ ਕਿ ਬੀਜੇਪੀ ਡਲਟੀ ਗੇਮ ਕਰਕੇ ਪੰਜਾਬ ਨੂੰ ਥੋੜ੍ਹਾ ਜਿਹਾ ਖਰਾਬ ਕਰਨ ਮਾਹੌਲ ਵਿਗੜੇਗਾ ਅਤੇ ਮੁਲਕ ਦਾ ਮਾਹੌਲ ਵਿਗੜੇਗਾ, ਸੋ ਬੀਜੇਪੀ ਵਾਲੇ ਬੜਾ ਸੋਚ ਸਮਝ ਕੇ ਇਹੋ ਜਿਹਾ ਇਸ਼ੂ ਚੁੱਕਣੇ ਚਾਹੀਦੇ, ਬੜਾ ਸੈਂਸਿਟਿਵ ਇਸ਼ੂ ਹੈਗਾ। ਸੋ ਥੈਂਕ ਯੂ ਵੈਰੀ ਮੱਚ ਬਾਜਵਾ ਸਾਹਿਬ, ਤੁਸੀਂ ਟਾਈਮ ਦਿੱਤਾ ਸਾਨੂੰ। ਤੁਹਾਡਾ ਸ਼ੁਕਰੀਆ ਜੀ, ਤੁਸੀਂ ਆਏ ਹੋ।